ਚੈਨਲ ਤੇ ਤੁਹਾਡਾ ਸਵਾਗਤ ਆ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਹੈਗੀ ਆ ਮੀਂਹ ਤੇ ਅੱਜ ਆਪਾਂ ਚੌਲ ਬਣਾਵਾਂਗੇ ਪੀਲੇ ਤੇ ਇਸ ਚੌਲ ਵਾਸਤੇ ਆਪਾਂ 200 ਗ੍ਰਾਮ ਚੌਲ ਆ ਤੇ ਖੰਡ ਆ ਦੇਸੀ ਘਿਓ ਆ ਕੋਪਾ ਵਾ ਸੌਂਗੀ ਆ ਲੌਂਗ ਆ ਅਤੇ ਇਲਾਚੀਆਂ ਦੇ ਬੀਜ ਕੱਢ ਲਏ ਆ ਅਤੇ ਆਪਾਂ ਹੁਣ ਸ਼ੁਰੂ ਕਰਦੇ ਹਾਂ ਬਣਾਉਣੀ ਆਪਾਂ ਬਣਾਉਣ ਲੱਗੇ ਹਾਂ ਚੌਲ ਪੀਲੇ ਅਤੇ 2 ਕੌਲੀਆਂ ਚੌਲਾਂ ਦੀਆਂ ਵਾ ਇੱਕ ਕੌਲੀ ਚੌਲਾਂ ਦੀ ਆ ਅਤੇ 2 ਕੌਲੀਆਂ ਪਾਣੀ ਦੀਆਂ ਪਾਵਾਂਗੇ ਪਾ ਕੇ ਅਤੇ ਪਹਿਲਾਂ ਆਪਾਂ ਇਹਦੇ ਵਿੱਚ ਖੰਡ ਪਾ ਦੇਵਾਂਗੇ ਖੰਡ ਪਾ ਕੇ ਅਤੇ ਨਾਲ ਇਹਦੇ ਵਿੱਚ ਆਪਾਂ ਰੰਗ ਪਾ ਦੇਣਾ ਵਾ ਅਤੇ ਘਿਓ ਪਾਵਾਂਗੇ ਉਦੋਂ ਜਦੋਂ ਬਲ ਆ ਗਿਆ ਚਾਸ਼ਨੂੰ ਪੀਲੇ ਪੀਲੇ ਰੰਗ ਦੇ ਚੌਲ ਬਣਾਵਾਂਗੇ ਪੀਲੇ ਪੀਲੇ ਅਤੇ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਅਤੇ ਨਾਲੇ ਸਾਨੂੰ ਦੱਸਿਆ ਕਰੋ ਸਾਡੀ ਡਿਸ਼ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਆ ਬਣਾਈ ਹੋਈ ਅਤੇ ਇਹਨੂੰ ਹੁਣ ਵਾਲ ਆ ਰਹਿੰਦੇ ਚਾਸ਼ ਨੂੰ ਵਾਲ ਆਏ ਤੋਂ ਬਾਅਦ ਫਿਰ ਘਿਓ ਪਾਵਾਂਗੇ ਅਤੇ ਚੌਲ ਪਾਵਾਂਗੇ ਇਹਦੇ ਵਿੱਚ ਚਾਸ਼ ਨੂੰ ਵਾਲ ਆ ਗਿਆ ਵਾ ਉੱਬਣ ਲੱਗ ਪਈ ਆ ਅਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਘਿਓ ਪਾਈ ਦਿੰਦਾ ਸਾਰਾ ਲੋੜੀ ਤਾਂ ਫਿਰ ਪਾ ਲੈਣਗੇ ਘਿਓ ਨਾ ਹੀ ਬਣਨੇ ਵਧੀਆ ਮਾੜੇ ਘਿਓ ਖੁਰ ਲੈਂਦੇ ਜੋ ਘਿਓ ਖੁਰ ਗਿਆ ਫਿਰ ਆਪਾਂ ਚੌਲ ਪਾ ਦੇਣੇ ਇਹਦੇ ਵਿੱਚ ਘਿਓ ਖੁਰ ਗਿਆ ਆਪਾਂ ਇਹਦੇ ਚੋਂ ਲੱਗਿਆ ਚੌਲ ਪਾਉਣ ਪਾ ਦੇਣਾ ਮੈਂ ਉੱਪਰ ਸੌਗੀ ਆ ਲੌਂਗ ਆ ਇਲਾਚੀਆਂ ਇਲਾਚੀਆਂ ਦਾਣੇ ਕੱਢ ਲਿਆ ਸਾਰਾ ਪਾ ਕੇ ਅਤੇ ਇਹਨੂੰ ਆਪਾਂ ਉਬਾਲਾ ਦੇਵਾਂਗੇ ਇੱਕ ਉਬਾਲਾ ਦੇ ਕੇ ਫਿਰ ਸਿਮ ਕਰ ਦਾਂਗੇ ਰਲਾਵਾਂਗੇ ਠੀਕ ਹੈ ਚੌਲ ਆਪਣੇ ਰਿੱਝਣ ਲੱਗ ਗਿਆ ਵਧੀਆ ਹੁਣ ਇਹਨੂੰ ਆਪਾਂ ਸਿਮ ਕਰ ਦਾਂਗੇ ਮੱਠੇ ਮੱਠੇ ਸੇਕ ਦੇ ਉੱਤੇ ਬਣਾਵਾਂਗੇ ਇਹਨਾਂ ਨੂੰ ਚੌਲ ਆਪਣੇ ਫੁੱਲ ਚੱਲੇ ਆ ਆਪਾਂ ਇਕੱਲੇ ਇਕੱਲੇ ਬਣਾਵਾਂਗੇ ਅੱਧ ਕਲੀਜੇ ਹੋ ਗਿਆ ਇੰਨਾ ਵਿਚਾਰੇ ਹੋ ਲੱਗੂਗਾ 10 ਕੁ ਮਿੰਟ ਲੱਗਣਗੇ ਹੋਰ 10 ਮਿੰਟਾਂ ਦੇ ਵਿੱਚ ਵਿੱਚ ਵਧੀਆ ਬਣ ਲੈਣੇ ਆ ਕਿੰਨੇ ਸੋਹਣੇ ਬਣ ਗਏ ਚੌਲ ਵੇਖੇ ਕਿੰਨੇ ਸੋਹਣੇ ਬਣ ਗਏ ਅਸੀਂ ਥੋੜ੍ਹਾ ਜਿਹਾ ਪਾਣੀ ਇਹਦੇ ਵਿੱਚ ਥੋੜ੍ਹੀ ਜਿਹੀ ਕਸਰ ਹੋ ਜਾਂਦੀ ਇਹਦੇ ਵਿੱਚ ਇੰਨਾ ਕੁ ਟਾਈਮ ਹੋਰ ਲਗਾਵਾਂਗੇ ਥੋੜ੍ਹੇ ਜਿਹੇ ਖੜ੍ਹੇ ਆ ਮਾੜੇ ਮਾੜੇ ਖੜ੍ਹੇ ਆ ਮਾੜਾ ਕੁਛ ਸੇਕ ਲਵਾ ਕੇ ਪਿੱਛੇ ਲਾਵਾਂਗੇ ਕਿੰਨੇ ਸੋਹਣੇ ਚੌਲ ਬਣ ਕੇ ਤਿਆਰ ਹੋਏ ਆ ਕਿਆ ਸੋਹਣੇ ਸੋਹਣੇ ਸੱਤ ਪੈ ਚਮੀ ਦੇ ਆਪਣੇ ਕਿੰਨੇ ਸੋਹਣੇ ਚੌਲ ਬਣ ਕੇ ਤਿਆਰ ਹੋ ਗਏ ਆ ਅਤੇ ਇਹ ਹੁਣ ਤੁਸੀਂ ਸਾਨੂੰ ਦੱਸਣਾ ਅਤੇ ਨਾਲੇ ਤੁਸੀਂ ਵੀ ਬਣਾਇਓ ਅਤੇ ਬੱਚਿਆਂ ਨੂੰ ਖਵਾਇਓ ਅਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ